ਬਦਮੇ ਜ਼ਾਕਰੀ ਦਾ ਇੱਕ ਬਹੁਤ ਬੜਾ ਨਾਮ ਮਲਕ ਖੁਰਸ਼ੀਦ ਅਬਾਸ ਪਹੋੜ, ਜਿਹੜੇ ਕਿ ਆਇਸਾ ਨੂੰ ਛੋੜ ਕੇ ਇਸ ਦੁਨੀਆ ਤੋਂ ਮੁੰਤਕਿਲ ਹੋ ਗਏ। ਇੱਕ ਦਫ਼ਾ ਮਲਕ ਖੁਰਸ਼ੀਦ ਅਬਾਸ ਪਹੋੜ ਦੇ ਦਰਜਾਤ ਦੇ ਬੁਲੰਦੀ ਵਾਸਤੇ ਸੂਰਤੁਲ ਫਾਤਿਹਾ ਪੜ੍ਹਦੇ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਮਾਲਕ ਯੋਮਿਦੀਨ ਯਾ ਕਨਾਮਿਦੀਨ ਯਾ ਕਨਸਤੀ اهدنا الصراط المستقيم صراط الذين انعمت عليهم غير المغضوب عليهم ولا الضالين. بسم الله الرحمن الرحيم. قل هو الله احد الله الصمد لم يلد ولم يولد ولم يكن له كفوا احد. بسم الله الرحمن الرحيم. قل هو الله احد الله الصمد لم يلد ولم يولد ولم يكن له كفوا احد. بسم الله الرحمن الرحيم. قل هو الله احد الله الصمد لم يلد ولم يولد ولم يكن له كفوا احد. اللهم صل على محمد وعلى محمد صلوات. مجلس علی صلوات. اللہم صلی علی محمد. ملک خورشید عباس پہوڑ اور اپنے اپنے تمام مرحومین دے درجات دی بلندی واسطے بلند صلوات. اللہم صلی علی محمد. جی محمد زمان ماتمی بیمار ہے، مولا شفائے کاملہ عطا فرمائے. نعرہ تکبیر، نعرہ رسالت، نعرہ حیدری، نعرہ حیدری. ہاتھ اونچے کرو ملتان علیہ عبادت کریے. نعرہ حیدری. مشکل لمبا کشائلی حسینیت یزیدیت، بر دشمنان اہل بیت لعنت، بالخصوص بر دشمنان مخدوم لعنت. مخدومہ دی عظمت اتنی بلند صلوات پڑھو جو دل راضی ہو جاوے. اللہ اعوذ باللہ من الشیطان الرجیم. بسم اللہ الرحمن الرحیم. صلوات. الحمد للہ رب العالمین، الصلاۃ والسلام علی سید الانبیاء والمرسلین وآلہ طیبین الطاہرین المعصومین ولعنۃ اللہ علی اعدائہم الملعونین من یومنا ھذا الی یوم الدین. اما بعد فقد قال رسول الله صلى الله عليه وآله وسلم. بسم الله الرحمن الرحيم. حسين مني وأنا من الحسين، درود بر محمد وآل محمد بلند تار. عرض کر رہے ہیں قبول قبول، اس لیے نیزے کی نوک کی اس نے. بسم اللہ بخاری صاحب آؤ 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 جی. بسم اللہ آؤ. بسم اللہ شمسی صاحب دعا فرمائے. سو مخدوم صاحب قریش صاحب بسم اللہ جی دعا فرمائے. عرض کر رہے ہیں قبول، اس لیے نیزے کی نوک کی اس نے. بسم اللہ. میرے سارے محترم بھائیاں دی بزرگاں دی آمد آمد ہے. بسم اللہ بسم اللہ. کہاں جی آؤ جناب. جناب دا حکم ہے، جناب دا حکم. میں کدی ٹھکرا سکدا ہوں؟ بھائی آپ ٹھیک ہیں؟ خیریت سے. عرض کر رہی ہیں قبول، اس لیے نیزے کی نوک کی اس نے. کیوں میرا کٹا ہوا سر دشمنوں سے پست نہ ہو. عرض کر رہے ہیں قبول، اس لیے نیزے کی نوک کی اس نے.
কজ মন তো সেই রে ਸ਼ੋਮੀਏ ਕਿਸਮਤ। ਇਸ ਸਾਲ ਪੂਰਾ ਸਿਸਟਮ ਹੀ ਸਾਡਾ ਮੁੰਤਸ਼ਿਰ ਰਿਹਾ, ਟਾਈਮਿੰਗ ਵਾਲਾ ਮਸਲਾ ਸਾਡਾ, ਠੀਕ ਹੈ ਜੀ, ਆਪਣਾ ਸਮਾਈਨ ਵਾਲਾ ਸਿਸਟਮ ਇਹ ਵੀ ਤਕਰੀਬਨ ਮੁੰਤਸ਼ਿਰ ਰਿਹਾ। ਕੁਛ ਮੇਰੇ ਨਾਲ ਦੋ ਨੂੰ ਇੱਥੇ ਪਹੁੰਚਦਿਆਂ ਇਤਨਾ ਬੜਾ ਹਾਦਸਾ ਹੋਇਆ, ਇਹ ਮੌਲਾ ਦਾ ਆਲਮ ਹੈ ਮੇਰੇ ਹੱਥ 'ਚ, ਇਸ ਨਾਲੋਂ ਵੱਡੀ ਮੇਰੇ ਕੋਲ ਚੀਜ਼ ਕੋਈ ਨਹੀਂ। ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਜ਼ਿਹਨੀ ਮਫਲੂਜ ਹਾਂ, ਮੇਰਾ ਦਿਮਾਗ ਇਸ ਸਾਲ ਬਿਲਕੁਲ ਉਸ ਤਰ੍ਹਾਂ ਕੰਮ ਨਹੀਂ ਕੀਤਾ। ਬਾਰ ਬਾਰ ਉਹ ਮਾਂ ਮੇਰੇ ਨਜ਼ਰ ਆਉਂਦੀ ਹੈ, ਮੈਂ ਟੈਨਸ਼ਨ ਵਾਲੀਆਂ ਗੋਲੀਆਂ ਖਾਧੀਆਂ ਨਾ, ਮੈਂ ਅਜੀਬ ਮੈਨੂੰ ਯਾਨੀ ਕਿ ਕੋਈ ਮੇਰਾ ਅਜੇ ਤੱਕ ਆਗਾ ਜੀ ਮੇਰਾ ਨਿਜ਼ਾਮ ਸਿੱਧਾ ਨਹੀਂ। ਇਹ ਉਧਾਰ ਹੈ, ਵੈਸੇ ਵੀ ਮੇਰਾ ਅੰਮੀ ਜੀ ਨਾਲ ਵਾਅਦਾ ਹੈ 5 ਮੁਹਰਮਾਂ ਦਾ, ਉਹ ਮੈਂ ਜਿਹੜੇ ਸਾਲ ਵੀ ਜ਼ਿੰਦਗੀ ਦੇ 'ਚ ਮੈਂ ਉਧਾਰ ਲਹਾਵਾਂਗਾ ਇਸ ਮੁਹਰਮ ਵਾਲਾ। ਅਰਜ਼ ਕਰ ਰਹੇ ਹਾਂ ਕਬੂਲ, ਲਿਆਦਾ 1-2 ਦਿਨ ਹਨ ਜਿਹੜੇ, ਹੁਣ ਜ਼ਰਾ ਕੋਸ਼ਿਸ਼ ਕਰ ਲਵੀਏ ਬਈ ਅਸੀਂ ਆਪਣੇ ਮਿਆਰ ਨੂੰ ਬਰਕਰਾਰ ਕਰੀਏ। ਅਰਜ਼ ਕਰ ਰਹੇ ਹਾਂ ਕਬੂਲ, ਇਸ ਲਈ ਨੇਦੇ ਕੀ ਨੌਕੀ ਉਸਨੇ, ਕਿਉਂ ਮੇਰਾ ਕਟਾ ਹੁਆ ਸਾਰ ਦੁਸ਼ਮਨੋਂ ਸੇ ਪਸਤ ਨਾ ਹੋ, ਮੇਰਾ ਕਟਾ ਹੁਆ ਸਾਰ। ਚਾਚਾ ਜੀ ਤੁਹਾਡੀ ਦੀਦ ਮੇਰੇ ਵਾਲੇ ਪਾਸੇ ਨਹੀਂ, ਪੜ੍ਹਦਾ ਮੈਂ ਪਿਆ। ਮੇਰਾ ਕਟਾ ਹੁਆ ਸਾਰ ਦੁਸ਼ਮਨੋਂ ਸੇ ਪਸਤ ਨਾ ਹੋ, ਵੋ ਕਾਤਿਲੋਂ ਮੈਂ ਵੀ ਹੋ ਕੇ ਬੁਲੰਦ ਕਹਿਤਾ ਰਹਾ। ਕਿਹੜੀ ਗੱਲ? ਹੁਸੈਨ ਹੋਤਾ ਹੀ ਵੋ ਹੈ ਜਿਸੇ ਸ਼ਿਕਸਤ, ਸਲਾਮਤ ਰਹਿਣ ਮੁਲਤਾਨ ਵਾਲਿਆ, ਇਨਸ਼ਾਅੱਲਾ ਇਹ ਹੱਥ ਕਿਸੇ ਕਮੀਨੇ ਦਾ ਮੁਹਤਾਜ ਨਾ ਹੋਵੇ ਜਿਹੜਾ ਸਾਡੀ ਸ਼ਬੀਰ ਦੇ ਮੇਰੇ ਹੱਥੇ ਬੁਲੰਦ ਹੋਏ। ਬਹੁਤ ਮਿਹਰਬਾਨੀ ਮੁਲਜ਼ਮ ਸਾਹਿਬ, ਜ਼ਿੰਦਗੀ ਹੋਵੇ ਮੇਰੇ ਬਰਾਬਰ, ਜ਼ਿੰਦਗੀ ਹੋਵੇ ਸ਼ਾਹ ਜੀ, ਜੀ 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 ਅਲੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਸ਼ਮਸੀ ਸਾਹਿਬ, ਸਲਾਮਤ ਰਹਿਣ ਭਾਈ ਜਾਨ। ਨੌਕਰ ਬਾਵਾ ਜੀ ਬਿਸਮਿਲ੍ਲਾ, ਸੁਭਾਨ ਅੱਲਾ। ਅੱਛਾ ਬੁਲੰਦ ਕਹਿਤਾ ਰਹਾ, ਹੁਸੈਨ ਹੋਤਾ ਹੀ ਵੋ ਹੈ ਜਿਸੇ ਸ਼ਿਕਸਤ। ਹੁਣ ਆਵੇ ਨਾਰਾ ਮਿਲ ਕੇ ਪੀਰ ਵਾਲੇ ਦਿਸ਼ਾ, ਤੁਹਾਡੀਆਂ ਜ਼ਿੰਦਗੀਆਂ ਹੋਣ ਮੁਲਤਾਨ ਵਾਲੇ, ਜਵਾਨੀਆਂ ਨਸੀਬ ਹੋਣੇ, ਤੇਸਤਾਂ 'ਚ ਦਾਫੇ ਹੋਣੇ, ਮੇਰੀ ਮਾਲਕਾ ਇਸ ਇਬਾਦਤ ਅਜਰੇ ਅਜ਼ੀਮਤ ਆ ਫਰਮਾਵਣੇ, ਤੁਹਾਡੀ ਮੁਹੱਬਤ ਮਜਬੂਰ ਕੀਤਾ ਮੈਂ ਕੁਰਬਾਈ ਦਾ ਇਜ਼ਾਫਾ ਕਰੇ ਨਾ, ਤੋ ਜੋ ਹੈ ਨਾ ਜਨਾਬ ਦੇ। ਅਸ ਕਰ ਰਿਹਾ ਹੈ ਜ਼ਿੰਦਗੀ ਮੇਰੇ ਤਾਬੇ ਤਭੀ ਮੈਂ ਜ਼ਿੰਦਾ ਹੂੰ, ਮੇਰਾ ਇਮਾਮ ਪਿਆ ਫਰਮਾਉਂਦਾ ਹੈ ਜ਼ਿੰਦਗੀ ਮੇਰੇ ਤਾਬੇ, ਬੁਖਾਰੀ ਸਾਹਿਬ, ਤਭੀ ਮੈਂ ਜ਼ਿੰਦਾ ਹੂੰ, ਕਦਾ ਵੀ ਹੈ ਮੇਰੀ ਬਾਂਦੀ ਜਭੀ ਮੈਂ ਜ਼ਿੰਦਾ ਹੂੰ। ਹੁਸੈਨ ਨੇ ਪੜ੍ਹ ਕਰ ਕੁਰਾਨ ਕਹਿਤਾ ਰਹਾ, ਕਿਹੜੀ ਗੱਲ? ਯਜ਼ੀਦੀਅਤ ਕੋ ਬਤਾ ਦੋ ਅਭੀ ਮੈਂ ਜ਼ਿੰਦਾ। ਸਦਕੇ ਸਦਕੇ ਵਾਰੀਆਂ ਦੇ ਜਵਾਨੀਆਂ ਨਸੀਬ, ਖਾਲਕ ਕਨਾ ਤਜਰੇ ਦੀ ਜ਼ਿੰਦਗੀ, ਜ਼ਿੰਦਗੀ ਭਾਈ ਜਾ, ਜ਼ਿੰਦਗੀ ਭਾਈ, ਜ਼ਿੰਦਗੀ ਭਾਈ ਜਾ, ਸੁਭਾਨ ਅੱਲਾ। ਹੁਸੈਨ ਸੁਭਾਨ ਅੱਲਾ, ਸੁਭਾਨ ਅੱਲਾ, ਸੁਭਾਨ ਅੱਲਾ, ਸੁਭਾਨ ਅੱਲਾ। ਜੇ ਲੱਖ ਵਾਰ ਆਖਾਂ ਜਨਾਬ, ਲੱਖ ਵਾਰ ਆਖ
जिंदगी मेरे ताबे तभी मैं जिंदा हूँ, कदा भी है मेरी बांदी जब ही मैं जिंदा हूँ। हुसैन ने वे पे पढ़ कर कुरान कहता रहा, केड़ी गल, ओ यजीदियत को बता दो अभी मैं जिंदा। हुन नावे नारा मिलके वीर अली दी शान दा उचेवा, चूंकि सतवीं तो हर साल इत्थे, चूंकि मेरा चौथा साल है, मैं कसायद इख्तिताम कर देना होना सतवीं तो, छेवीं तक असी पढ़ते होने कसीदे, लेकिन पिछला सिस्टम साढ़ा ही साल चूंकि थोड़ा जहा डिस्टर्ब रहा, तो भाई रेनाथ खान इन सिंध इन्हों की मेरी मुलाकात हुई आई, माशाल्लाह इन्हें मेरे नाल रल के सिंध नौकरियां दित्तियां। बिस्मिल्ला मखदूम साहब, बिस्मिल्ला आओ जी, दुआ फरमाए सर। इत्थे मैं बाहर आया, इन्हां कसीदे दा हुक्म किया भी कोई ना कोई कसीदा, मैं क्या सतवीं हो गई, चलो दिल शिकनी ना हो, और पिछला सिलसिला भी थोड़ा जा कवर हो जाए। अल फातिमा तो बदा तो मिनी कायनात नबी दी हदीस, मौजू समझ लो और मेरा तोड़ तक पहुँचना समझ लो। वो जहरा है जियो भाई जान, मुजीन भाई जान, ओन भाई, पूरे कसीदे का दारो मदार बाबा जी ने तिना लफ्जा है, वो जहरा है। सर चाके पुत्र नु दुआ करनी है, फखर भाई तवज्जो से, बुखारी साहब, वो जहरा है। जेड़े मेरे भाई खड़े हैं, तुहाड़ी तवज्जो है ना महिला सिच, माशाल्लाह ताई दा शुक्रिया। वो जहरा है जाकर जिसका खालिक अकबर है, वो जहरा है। तुहारियां जिंदगी आवान, कापियां सारियां पुलिस वालियां कोल नहीं, तो विचों कसीदा कढ़िया हुंदा है, मेरी गड्डी चो ना कोई शायद नहीं निकलन दित्ती, आ खो खुआ के दो त्रै कापियां जड़ियां असीं लै आए हैं, वो ने साढ़े कोल वो कसीदा कढ़ी जा रहे विचों। फरदेसानी पढ़ना चाहना, तेली वाले नूं बेसाख ताली ले करन दी दावत देना चाहना। वो जहरा है जाकर जिसका खालिक अकबर है, वो जहरा है जाकर जिसका खालिक अकबर है, वो जहरा है जाकर जिसका खालिक अकबर है, फरिश्तों की फरिश्तों की सजदा गा जिस बीबी का दर है, वो जहरा है। बड़ी जिंदगी होए, बहुत मेहरबानी, बड़ी मेहरबानी, बहुत मेहरबानी तेरा। जाकिर जिसका खालिक अकबर है, वो जहरा है, सजदा गा जिस बीबी का दर है, मुल्ताना ले वो दहरा है। शेर पढ़ना है तेली वाले नु बेसाख ताली लेकर दावत देनी है, कोई तमहीद नहीं, कोई नसर नहीं, कोई डायरेक्ट जनाब नु शेर पिया सुनना, शेर मुलाए दो। इस बीबी का मर्तबा लिख पाऊं मैं क्या भला, बस इतना हूँ लिख सका। इस बीबी का मर्तबा लिख पाऊं मैं क्या भला, बस इतना हूँ लिख सका। बाबा खातम अंबिया शोहर मजहर किबरिया बेटे जीनत औलिया हसन मौला से मादी तक की जो मादर है, वो जहरा है। भाई जवानियां नसीबों जिंदगी होवे, भाई जान हसन मौला, बहुत मेहरबानी बाबा जी, बहुत मेहरबानी कुरेशी साहब। हसन मौला से महदी तक की जो मादर है, वो जहरा है, वो जहरा है, वो जहरा है। जेड़े दिन मालका मैनू एक कसीदा दिता है, जेड़े दिन मालका मेरे तो अगला शेर लिखवाया है, कोई दिन सुई जो मैं उस दाद का शुक्रिया ना अदा किया हो इस शेर के बदले में,
मेरे जा छोटा बंदा और इतनी बड़ी करीमी सर जाने ते कायनात दे मुल्दा शेर जनाब नू पे सुने ना देख के इस बीबी की शान तेरा है ये आसमां और सजदर है कहकशां देख के इस बीबी की शान तेरा है ये आसमां और सजदर है कहकशां कोसर की है बालियां दहर की है अंगूठियां और यासीन की चूड़ियां वो मासूमा जिस बीबी का जेवर है वो ज़हरा है अल्लाह अकबर अल्लाह अकबर जिंदगी हो जिंदगी हो जिंदगी जिंदगी हो जनाब बड़ी मेहरबानी बुखार से तोड़िया नहीं तोड़िया नहीं जी अच्छा ये तुम्हारी मोहब्बत है जो बाल पे पढ़ता नहीं तो ये मजबूर भी करें दी फिर पढ़ देना देख के इस बीबी की शान तेरा है ये आसमां और सजदर है कहकशां कोसर की है बालियां दहर की है अंगूठियां और यासीन की चूड़ियां वो मासूमा बीबी का देवर है वो ज़हरा है तोड़ियां देने यौन मुद्दा बड़ी मेहरबानी मुद्दा यौन भाईजान हाँ सलामत रहें महिमी साहब दे जी बिस्मिल्लाह भाईजान सखी शबीर इस तां वक्त आज मदीद तो मदीद इजाफे करने त्रै जमात दी उलसानी जी बिस्मिल्लाह जी कोसर की है बालियां दहर की है अंगूठियां और यासीन की चूड़ी वो मासूमा कुरान वो मासूमा कुरान जिस बीबी का जेवर है बोला हरा जी बिस्मिल्लाह बाबा जी खुदा दी कसम मुल ले लिया जो तुसा कुछ भी नहीं कीता मैं कैफियत समझी तुसा मैंने मुल ले लिया क्योंकि चेहरा बाबे होरां दा मेरी अखियों के सामने त्रै जमा दुलसानी मेरी सहन का वक्त इंतकाल आया बीबी इस दिन एक टाइम इस तरह काम किते मौला अली अलैहिस्सलाम घर तशरीफ गिन आए सरदार ते नज़र पई मुल्तान वाले बीबी ने उठी के तादीम की मौला अली अलैहिस्सलाम करीब आके आदन धी नबी दी जेड़े डीन दा तोड़ा पासा जख्मी होया है बिस्मिल्लाह 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 वाह 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 केड़ी सोहनी इब्तदा है भाई जेड़े डीन दा तोड़ा पासा जख्मी होया है मैं तोड़े ते तादीमा माफ की दिया दीन अभी ते क्यों उठते हो क्यों औखे होंदे हो क्यों तकलीफ करेंदे हो हां जी मेरी सहन दी आवाज है या अली भावें औखियां ते भावें सौखियां या अली अज इस वजह तो उठियां अल्लाह जाने दोबारा ए मौका ज़हरा नूं नसीब होवे ना होवे वाह 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 बिस्मिल्लाह जी 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 चाचा जी जी बिस्मिल्लाह मैं नौकर अपने बुजुर्गों का दोबारा ए मौका नसीब होवे ना होवे बीबी ने त्रै काम किए पुत्रां दा खाना पकाया अल्लाह की इबादत की है भाई जान और अपने त्रुटे हुए हाथ नाल बीबी एक छोटा जा चोला पसींदे आ मेरे मौला दी नजर पई दे के आदन थी नबी दी साडे घर विच तां इतना छोटा बाल है कोई ना ए कहंदा चोला पसींदे हो मेरी सहन दी अखी विच हंजू आ गए मेरे इमाम दे पास दे के आदन चंगा कीता ने मेरे ते सवाल कर लिया ने या अली जरा मेरे करीब आओ ना मैं चंद वसीजतां करना चाहती हाँ मेरे मौला तशरीफ रखी मेरी सहन की आवाज आँदी या अली अज मेरी जिंदगी का आखिरी दिन है या अली अज मैं अपने बाबे नूं मिलन पैंदी हाँ या अली जेड़े वेले मैं दुनिया छोड़ जावा ना एक कबीला ही बनी आ सर उस कबीले दे खातून है नाम जिसका फातिमा है कुनियत उम्मुल बनीन है या अली जड़ा मैं दुनिया छोड़ जावा ना मेरे दुनिया तो टुर जावन दे बाद उस औरत नाल शादी करे
ਉਹ ਸ਼ੌਹਰਤ ਦੇ ਵਸੀਲੇ ਨਾਲ ਅੱਲਾ ਦੀ ਜ਼ਾਤ ਤੁਹਾਨੂੰ ਇੱਕ ਪੁੱਤਰ ਅਤਾ ਕਰੇ ਸੀ। ਯਾ ਅਲੀ, ਜਿਹੜਾ ਤੁਹਾਨੂੰ ਅੱਲਾ ਪੁੱਤਰ ਅਤਾ ਕਰੇ ਸੀ ਨਾ, ਉਸ ਪੁੱਤਰ ਦਾ ਨਾਮ ਮੈਂ ਜ਼ਹਰਾ ਆਪਣੀ ਜ਼ਿੰਦਗੀ ਚਾਪ ਰੱਖੀ ਬੈਠੀ ਹਾਂ। ਮੇਰੇ ਮੌਲਾ ਦੀ ਆਵਾਜ਼ ਆਈ, ਦੀਨ ਅਬੀ ਦੀ ਕਿਆ ਨਾਮ ਰੱਖੀ ਬੈਂਦੇ ਹੋ? ਰੋਂਦੀਆਂ ਹੋਈਆਂ ਅੱਖੀ ਨਾਲ ਮੇਰੇ ਇਮਾਮ ਦੇ ਚਿਹਰੇ ਦੇ ਪਾਸੇ ਡੇਕ ਕੇ, ਆ ਦਿਨ ਤੁਹਾਡੇ ਨਾਮ ਵਿੱਚੋਂ ਐਨ ਗਿਣਦੀਆਂ। ਸਦਕਾ ਸਦਕਾ ਸਦਕਾ, ਵਾਹ 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 ਵਾਹ, ਜ਼ੈਨਬ ਦੇ ਨਾਮ ਵਿੱਚੋਂ ਬੇ ਗਿਣਦੀਆਂ, ਮੌਲਾ ਆਪਣੇ ਨਾਮ ਵਿੱਚੋਂ ਅਲਿਫ ਦਿੰਦੀਆਂ, ਹਸਨੈਨ ਦੇ ਨਾਮ ਵਿੱਚੋਂ ਸੀਨ ਗਿਣ ਕੇ ਮੈਂ ਉਹਦਾ ਨਾਮ ਅੱਬਾਸ ਰੱਖੀ ਬਹਿੰਦੀ। ਸਦਕੇ ਸਦਕੇ ਸਦਕੇ, ਵਾਹ 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 ਵਾਹ। ਇਨਸ਼ਾਅੱਲਾ ਇਸ ਗਮ ਵਿੱਚ ਰੋਣ ਵਾਲੇ ਹੋ, ਦੁਨੀਆ ਵੀ ਕਿਸੇ ਗਮ ਵਿੱਚ ਨਾ ਰੋਵੋ ਜੀ। ਬਾਬਾ ਨੌਕਰਾਂ ਮੈਂ ਜਨਾਬ ਦਾ ਜੀ, ਬਿਸਮਿਲ੍ਲਾ ਜੀ ਬਿਸਮਿਲ੍ਲਾ। ਬਈ ਸੁਭਾਨ ਅੱਲਾ, ਬੜੀ ਰੂਹਾਨੀਅਤ ਵਾਲੀ ਮਜਲਿਸ ਹੈ ਬਈ। ਤੇ ਯਾ ਅਲੀ, ਤੁਹਾਡਾ ਪੁੱਤਰ ਜਿਹੜਾ ਦੁਨੀਆ 'ਤੇ ਆਵੇ ਨਾ, ਇਹੋ ਮੇਰੇ ਹੱਥਾਂ ਦਾ ਸੀਤਾ ਹੋਇਆ ਚੋਲਾ। ਅੱਬਾਸ ਨੂੰ ਪਵਾ ਕੇ ਮੱਥਾ ਚੁੰਮ ਕੇ ਆਖਿਆ, ਮਾਂ ਦਾ ਹਰਾ ਸਲਾਮ ਦਿੰਦੀ ਆ। ਤੁਰ ਗਈ ਹੈ ਦੁਨੀਆ ਤੋਂ ਬਾਬੇ ਨੂੰ ਰੋਵਣ ਵਾਲੀ। ਵਕਤ ਗੁਜ਼ਰਦਾ ਪਿਆ, ਆਖਰੋ ਕਰਮਾਲਾ ਡੀਂ ਚੜਿਆ, ਚਾਰ ਸ਼ਾਬਾਨ ਵਫਾ ਦਾ ਪਰਵਰਦਿਗਾਰ ਦੁਨੀਆ 'ਤੇ ਆਏ। ਬੀਬੀ ਫਿਜ਼ਾ ਜਲਦੀ ਨਾਲ ਮਸਜਿਦ ਵਿੱਚ ਆਈ, ਆ ਕੇ ਮੌਲਾ ਅਲੀ ਨੂੰ ਇਤਲਾਹ ਦਿੱਤੀ। ਘਰ ਦੇ ਪਾਸੇ ਇਸ਼ਾਰਾ ਕਰਕੇ ਆਦੀ ਹੈ, ਤੇਰੀ ਧੀ ਜ਼ੈਨਬ ਦੇ ਪਰਦਿਆਂ ਦਾ ਨਿਗਰਾਨ ਜਹਾਨ 'ਤੇ ਆ ਗਿਆ। ਵਾਹ 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 ਜੀ ਬਿਸਮਿਲ੍ਲਾ। ਬਾਬਾ ਜੀ ਸੁਭਾਨ ਅੱਲਾ, ਤੁਹਾਡੀ ਮੁਕਾਨ ਦੇਵਣ ਤੋਂ ਸਦਕੇ ਹੋਵਾਂ। ਘਰ ਵਾਲੇ ਪਾਸੇ ਇਸ਼ਾਰਾ ਕਰਕੇ ਆਦੀ ਹੈ, ਤੇਰੀ ਧੀ ਜ਼ੈਨਬ ਦੇ ਪਰਦਿਆਂ ਦਾ ਨਿਗਰਾਨ ਜਹਾਨ 'ਤੇ ਆ ਗਿਆ ਹੈ। ਤੇਰਾ ਪੁੱਤਰ ਹੁਸੈਨ ਅੱਬਾਸ ਫਿਰਾ ਕੋ ਉਹਦੀ ਮਾਂ ਤੋਂ ਮੰਗ ਕੇ ਜਾ ਗਿਆ ਹੈ। ਹੈਰਾਨ ਹੋ ਕੇ ਆਦੀ, ਹੈਰਾਨ ਹਾਂ ਮੈਂ, ਤੋੜੇ ਅੱਜ ਆਇਆ ਹੈ ਤੇ ਅੱਬਾਸ ਵਫਾ ਦਿਖਲਾ ਗਿਆ ਹੈ। ਸ਼ਬੀਰ ਦੇ ਹੱਥ ਤੋਂ ਛਨ ਕੇ ਗਾ ਦੇ, ਉਹਦੇ ਕਦਮਾਂ ਦੇ ਹੱਥ ਲਾ। ਸਦਕਾ ਸਦਕਾ ਸਦਕਾ, ਵਾਹ 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 ਜੀ ਨੌਕਰ ਬਾਬਾ ਜੀ ਬਿਸਮਿਲ੍ਲਾ ਬਾਬਾ ਜੀ ਜੀ ਭਾਈ ਜਾਨ, ਮੌਲਾ ਮੇਰੇ ਵਿਰਾਹ ਦੀਆਂ ਡਿਊਟੀਆਂ ਕਬੂਲ ਫਰਮਾਏ। ਸਖੀ ਸ਼ਬੀਰ ਇਸ ਹੱਥ ਦੀ ਹਿਫਾਜ਼ਤ ਫਰਮਾਏ ਜਿਹੜਾ ਮਾਤਮ ਵਾਸਤੇ ਬੋਲਣਦੇ ਜੀ ਬਿਸਮਿਲ੍ਲਾ। ਸ਼ਬੀਰ ਦੇ ਹੱਥ ਤੋਂ ਛਣ ਕੇ ਗਾਦੀ, ਉਹਦੇ ਕਦਮਾਂ 'ਤੇ ਹੱਥ ਲਾ ਗਿਆ। ਬਈ ਗਿਰੀਏ ਦੀਆਂ ਸਦਾਵਾਂ ਬੁਲੰਦ ਪਈਆਂ ਹੁੰਦੀਆਂ ਹਨ, ਮੈਂ ਕੰਜੂਸੀ ਨਾ ਕਰਾਂ, ਅਗਲੀ ਮੰਜ਼ਲ ਵੀ ਬੜਾ। ਮੌਲਾ ਅਲੀ ਜਲਦੀ ਨਾਲ ਘਰ ਵਿੱਚ ਆਏ, ਘਰ ਦਾ ਮੰਦਰ ਵੇਖ ਕੇ ਸੈਯਦ ਹੈਰਾਨ ਹੋ ਗਏ। ਕਿਆ ਨਜ਼ਰ ਆਇਆ ਬਾਬਾ? ਸੱਜੇ ਹਸਨ ਹੈ, ਖੱਬੇ ਇਮਾਮ ਹੁਸੈਨ ਹੈ, ਦਰਮਿਆਨ ਵਿੱਚ ਤੇਰੀ ਸੈਣ ਬੀਬੀ ਜ਼ੈਨਬ ਹੈ, ਬੀਬੀ ਜ਼ੈਨਬ ਦੇ ਹੱਥਾਂ 'ਤੇ ਅੱਬਾਸ ਹੈ। ਅੱਬਾਸ ਦੇ ਚਿਹਰੇ ਦੇ ਪਾਸੇ ਦੇਖ ਕੇ ਇੰਜ ਪਈ ਰੋਂਦੀ ਹੈ ਜਿਵੇਂ ਸਾਵਨ ਦੇ ਬੱਦਲ ਵਸਦੇ ਨਾ। ਇਮਾਮ ਜਲਦੀ ਨਾਲ ਧੀ ਦੇ ਸਰ 'ਤੇ ਆ ਕੇ ਪੁੱਛਦੇ ਨਾ, ਮੇਰੀ ਸ਼ਰਮਾ ਵੀ ਧੀ, ਬਿਰਾ ਦੁਨੀਆ 'ਤੇ ਆਵਣ 'ਤੇ ਭੇਣਾ ਖੁਸ਼ ਹੁੰਦੀਆਂ, ਤੈਂ ਉਲਟਾ ਰੋਵਣਾ ਸ਼ੁਰੂ ਕਰ ਦਿੱਤਾ ਹੈ, ਗਰਦਨ ਛੁੱਕੀ ਰਹੀ ਹੈ, ਰੋ ਕੇ ਆਦੀ ਹੈ, ਬਾਬਾ ਕਿਵੇਂ ਨਾ ਰੋਵਾਂ, ਮੇਰੇ ਤੋਂ ਪਹਿਲੇ ਅੱਬਾਸ ਨੂੰ ਹਸਨ ਫਿਰਾ ਨੇ ਚਾਹੀ ਰੱਖਿਆ ਹੈ। ਅੱਬਾਸ ਅੱਖੀ ਖੋਲ ਕੇ ਹਸਨ ਦਾ ਚਿਹਰਾ ਹੀ ਵੇਖਦਾ ਰਿਹਾ ਹੈ, ਨਾਲੇ ਹੱਸਦਾ ਹੀ ਰਿਹਾ ਹੈ। ਫਿਰ ਹੁਸੈਨ ਨੇ ਚਾਹੀ ਰੱਖਿਆ ਹੈ, ਅੱਬਾਸ ਅੱਖੀ ਖੋਲ ਕੇ ਹੁਸੈਨ ਦਾ ਚਿਹਰਾ ਹੀ ਵੇਖਦਾ ਰਿਹਾ ਹੈ, ਨਾਲੇ ਹੱਸਦਾ ਰਿਹਾ ਹੈ। ਬਾਬਾ ਮੈਂ ਕਿਉਂ ਨਾ ਰੋਵਾਂ, ਜਿਹੜੇ ਵੇਲੇ ਦਾ ਅੱਬਾਸ ਨੂੰ ਮੈਂ ਚਾਹਿਆ, ਨਾ ਅੱਬਾਸ ਅੱਖੀ ਪਿਆ ਖੁਲੇਂਦਾ, ਨਾ ਮੇਰੇ ਚਿਹਰੇ ਦੇ ਪਾਸੇ ਦੇਖ ਕੇ ਖਿਲਦਾ ਪਿਆ ਹੈ। ਉਸ ਵੇਲੇ ਅਲੀ ਜੈਸੇ ਬਹਾਦਰ ਦੀ ਥਾਂ ਨਿਕਲੀਏ, ਧੀ ਦੇ ਸਰ ਤੇ ਹੱਥ ਰੱਖ ਕੇ ਆਦਾ, ਕਿਵੇਂ ਅੱਖੀ ਖੋਲੇ ਅੱਬਾਸ, ਤੂੰ ਜ਼ੈਨਬ। ਸਦਕਾ ਸਦਕਾ ਸਦਕਾ, ਅੱਲਮਾਨ ਅੱਲਮਾਨ ਅੱਲਮਾਨ, ਬਿਸਮਿਲ੍ਲਾ ਬਿਸਮਿਲ੍ਲਾ ਜੀ। ਬਾਬਾ ਮੈਂ ਨੌਕਰ ਹਾਂ, ਮੈਂ ਨੌਕਰ ਹਾਂ ਬਈ, ਕਹਿ ਕਰੋ ਸੋ ਜੇ ਇਹਨਾਂ ਦਿਨਾਂ 'ਚ ਅੱਬਾਸ ਹੁਸੈਨ ਅਸਗਰ ਕਾਸਮ ਅਕਬਰ ਨੂੰ ਨਾ ਰੋਸੋ ਤਾਂ ਕਿਵੇਂ ਅੱਖੀ ਖੋਲੇ? ਇਹ ਅੱਬਾਸ ਏ, ਤੂੰ ਜ਼ੈਨਬ ਏ, ਫਿਤਰਤ ਏ ਫਿਤਰਤ ਫਿਤਰਤ। ਭੈਣਾਂ ਨੂੰ ਬਿਰਾਵਾਂ ਦੀਆਂ ਖੁਸ਼ੀਆਂ ਭਾਈ ਜਾਨ ਬਹੁ ਪਿਆਰੀਆਂ ਹੁੰਦੀਆਂ, ਫਿਤਰਤ। ਬਿਰਾ ਦੁਨੀਆ 'ਤੇ ਆਵਣ, ਲਿਬਾਸ ਤਬਦੀਲ ਕਰਾਵਣ ਤਾਂ ਭੈਣਾਂ, ਬਿਰਾਵਾਂ ਨੂੰ ਚਾਹ ਚਾਹ ਕੇ ਖਿਡਾਵਣ ਤਾਂ ਭੈਣਾਂ, ਬਿਰਾ ਬੋਲਣ ਦੇ ਕਾਬਲ ਹੋਵਣ, ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਸਿਖਾਵਣ ਤਾਂ ਭੈਣਾਂ, ਬਿਰਾ ਟੁਰਨ ਟੁਰਨ ਦੇ ਕਾਬਿਲ ਹੋਵਣ, ਉਂਗਲੀ ਨਾਲ ਲੱਭ ਕੇ ਟੁਰਨਾ ਸਿਖਾਵਣ ਤਾਂ ਭੈਣਾਂ। ਇੱਕ ਦਿਨ ਮੇਰੀ ਸਹਿਣ ਦੇਣ ਬਿਆਲੀਆ, ਅੱਬਾਸ ਦੀ ਉਂਗਲ ਨੱਪ ਕੇ ਆਪਣੇ ਵਿਹੜੇ ਵਿੱਚ ਪੇ ਟੁਰ ਦਈਏ, ਕੰਢ ਪਿੱਛੋਂ ਮੇਰੇ ਮੌਲਾ ਅਲੀ ਆਏ ਨੇ, ਕੰਢ ਪਿੱਛੇ ਖੜ ਕੇ ਆ ਦਿਨ ਜ਼ੈਨਬ ਥੀ, ਮੈਂ ਅਲੀ ਤੇਰਾ ਬੜਾ ਮਸ਼ਕੂਰ ਹਾਂ,
तू मेरे अब्बास नु टुरन दे वल पैसे खेनी है। गर्दन झुकी रही ते रो के आदी है, नहीं बाबा मैं अब्बास नु टुरन दे वल नहीं पी सिखेंदी, मैं ता आप अब्बास दे आसरे ते टुरन दे वल पई सिखदी। सदके सदके माता मातम केड़ा सोना मातमी है, मातम कीता है हक बंदा भी इन्हां दिनां च मातम करना, उस हद दी सानू जरूरत कोई नहीं जड़ा अब्बास दे जिक्र च मातम ना कर सके। जी बिस्मिल्ला मैं नौकर हाँ, मैं ता आप अब्बास दे सहारे ते टुरन दी कोशिश पई करदी आ, टुरन दे वल पई सिखदी आ। पलदा पिया अब्बास, एक दिन मेरी सहन देने पे आली अब्बास नु सामने बिठा के हुक्म दिता, 5 साल दा अब्बास मेरी जिंदगी च ऐसा दिन कोई ना आवे जड़ा तू मेरे घर ना आवे। भाईजान हुक्म दी तामील करेंदा आंदा है, सुबह आंदी है मेरी सहन दे घर विच आंदा है, शाम आंदी अपने घर वापस वल बैंदा है, रोद आंदा है रोद बलदा है। एक दिन मामूल तो थोड़ा जा देर नाल अब्बास अपने घर वाले है, बीबी उम्मे उमल बनीन दी निगाह पई है चेहरे ते, देख के पुछदी अब्बास आज मगरबैन दी नमाज मेरे रले नहीं हो पड़ी, किथे रहे हैं? गर्दन झुका के माँ दे अदब इचाता है, अम्मा माजरत कबूल करना, आज मगरबैन दी नमाज मैं अपनिया बेणा दे रले पढ़ी। बेणा दा नाम है, मेरी सहन दी आवाज आंदी है अब्बास केड़िया भैणी, अम्मा ज़ैनब ते कलसों, बेबी अक्कल मार के आदी है खबरदार अज दे बाद उन्हां नूं भैणी ना छड़ी, ओदारा दियां धीआं तू नौकरानी दा पुत्तर। सदका 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 सदका, ओ तेरियां मुर्शदा दियां तू उन्हां दा नौकर है, ओ तेरियां सैणी तू उन्हां दा गुलाम है, ओ ज़हरा दियां नादा नाल पलियां होईयां धीआं खबरदार अज दे बाद उन्हां दे घर ना जावीं, तू उन्हां दे घर वेंदा उसे तेनू चेंदियां ओ सन, मता तेनू चाह चाह के ज़ैनब थक पाउंदी होवे, तू उन्हां दे वेले विच बेतकलफी नाल टुरना है, मता मस्तूरात दे कदमां दे निशान ते तेरा कदम आंदा होवे। खबरदार अज दे बाद उन्हां दे घर ना जावे, सारी रात सबक याद कीता सो मुर्शदा दियां मैं उन्हां दा नौकर हाँ, ओ मेरियां सैणीन मैं उन्हां दा गुलाम हाँ। सुबह होइए मामूल दे मुताबिक मेरी सहन दी अख लगी है हवेली दे दरवाजे ते, ए हुणे दरवाजा खुल सी, मेरा अब्बास हसदा हसदा खेड़दा खेड़दा हवेली दे अंदर आ सी, मैं बिरा नूं अपने कोल बैठे सा, बिरा नाल मिठिया मिठिया गल्लां करे सा, दीद लगी रही है अब्बास कोई नहीं आया, वक्त गुजरदा पिया है बीबी दी दीद लगी रही है अब्बास कोई नहीं आया, जिवें जिवें वक्त ढलदा आंदा है आसमान दे पासे टेक के आंदी है या अल्लाह शाला अब्बास नूं खैर होवे, अज मेरे घर विच नहीं पिया आंदा, जिहड़े वेले शाम दा वक्त होया बर्दाश्त नहीं कर सकी, हक्कल मार के आंदी है कलसूम बहन अपना बुरका पाइया मेरा चाइया, मां उम्मल बनीन दे वेले विच वंज के पता करिए जो साडे भीरा अब्बास नूं खैर दा है। रात दी तारीकी विच दोवें भैणां मां दे घर विच आईयां ने, आके माँ का सलाम किया ने, सलाम के बाद पूछ दिया ने माँ साडा फिर आ किथे, खैर तो है अज साडे घर विच नहीं आया, बीबी इशारा किया है, मेरिया सैनी डगोर ना डिठ है दूर हनेरे विच जमीन ते बह के जमीन ते लिखे पिया मरे, बीबी कंड पिछों इवें आई है जिवें झिक दे पासे पानी आंदा है, कंड दे पिछे खलो के मेरी सैन ने प्यार भरी आवाज दिती है, वे मेरा सोहना वीर अब्बास, ओ मातमी हो जा अब्बास दी सीन मेरी सहन दी जुबान ते आई, आवाज पहचान के वफा दा परवरदिगार उठिया है, दोवे हाथ मथे ते रख के आता है मुर्शदा दी नौकर दा सलाम। सदके 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 वाह 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 वाह, जी बिस्मिल्ला जी बिस्मिल्ला, मुर्शदा दी नौकर दा सलाम होवी, मेरी सहन हैरान होके पुछदी है अब्बास कौन मुर्शदा दी, हाथ बन के आदे पिछलियां माफिया दियो रात दा पता लग गया तुसा दा हरा दियां धीआं, मैं नौकरानी दा पुत्तर हाँ, तुसा मेरियां मुर्शदा दियां हो मैं तुहाडा नौकर हाँ, तुसा मेरियां सैणी हो मैं तुहाडा गुलाम हाँ। बीबी की आवाज आंदी है तेरा जमीन तो सर चा के मेरे वल वेख के जवाब ढे, जे असा तेरिया मुर्शदा दियां साढ़े घर क्यों आंदा रे। अब्बास खामोश है, बीबी की आवाज आती है बुलेंदा क्यों नहीं, अब्बास चुप है, सैन कलसूम भेन का मोढ़ा हिला के आती है चुप कर जा हुण कुछ ना आखी,
आ चुप करके घर टुर जाइए वेख ता सही अब्बास दे चेहरे ते मौत दी जर्दी आ सदके सदके वाह 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 आजरो कुमल अल्लाह बीबी मातम कबूल करने भाई बिस्मिल्लाह 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 वेखता सही मेरे भीरा दे चेहरे ते मौत दी जर्दी छा गई उस दिन दे बाद अब्बास दा सांगा होया मुर्शद हुसैन नाल हर वेले साए दी तरह मुर्शद हुसैन दे नाल रवेया एक दिन मौला हुसैन नमाज़े मगरबैन तो फारिग होके घर विच आए सैयद अपने हुजरे विच जावन लगे सैयद दी आवाज़ आंदी अब्बास खड़ वंज अब्बास रुक गए गुजरता है पिया वक्त अब्बास खड़ा है ढल दी आंदी है रात अब्बास खड़ा है चाचा सोनी हाय दी कसमे नमाज़े तहज्जुद दा वक्त होया है अब्बास खड़ा है सैन फिजा बीबी ज़ैनब दे वधू वास्ते पानी चावन आई है बाहर हवेली दे सेन विचो आई एक जवान नजर आया है पुछदी है कौन है इस वेले सईदां दी हवेली विच खड़न वाला सोनी हाय करन वाले अब्बास होले जे जवाब दिता है बीबी फिजा दे ज़ईफ कन्ना नहीं सुनिया फिर मेरी सैन दी आवाज़ आंदी है कौन है इस वेले सादात दी हवेली विच खड़ोवण वाला अब्बास फिर होले जे भाईजान जवाब दिता है बीबी फिजा दे ज़ईफ कन्ना नहीं सुनिया कुरान दी कसम त्रै कदम अद्दे बात के तीसरी बार रोब दे नाल पुछदी है बुलेना है या मैं सड्डा गाज़ी नूं उस वेले मामूल तो थोड़ा जा उच्चा बोल के आता है अम्मा वो तेरा पुत्र अब्बास मैं हाँ नेड़े आके दाली ते हाथ ला के आती है मां मर जावी केड़े वेले दा खड़ा है अब्बास दी आवाज आंदी है नमावे मगर बैन दे बाद मौला हुक्म दिता जो तू खड़ वज मैं उस वेले दा खड़ा जल्दी नाल सैन दे अड़ब दे हुजरे विच आईए नाल खिन के बाहर आईए मेरी सैन दी नज़र पईए जल्दी नाल अगे वध के भीरां नूं गल दे नाल ला के रो के पुछ दिए भैन मर जा भी केड़े वेले दा खलोता है नमाज़े बगर बैन दे बाद इमाम हुक्म दिता मैं उस वेले दा खड़ा बीबी दी आवाज़ आंदी है सारी रात हो गई है तू इत्थे खड़ा है एक मिनट मेरे वास्ते होर खड़ जे तई मैं ना आवां अपनी जगह ना छोड़ी भीरा दे हुजरे विच आईए आके देखे तां इमाम नमाज़े तहज्जुद दी तैयारी विच मसरूफ हन बीबी दा असूल आई जदई भीरा नाल हम कलाम ਹੋਵਿਆ ਕਦਾ ਆਖੇ ਆਵੇ ਮੇਰਾ ਬਾਦਸ਼ਾਹ ਵੀਰ ਕਦਾ ਆਖੇ ਆਵੇ ਮੇਰਾ ਨਵਾਬ ਵੀਰ ਅੱਜ ਹੁਜਰੇ ਵਿੱਚ ਆ ਕੇ ਮੇਰੀ ਸੈਨ ਜਲਾਲ ਨਾਲ ਲਾਦੀ ਏ ਐਵੇਂ ਹੁਸੈਨ ਮੇਰੇ ਮੌਲਾ ਦੀ ਨਜ਼ਰ ਪਈਏ ਬੇਨ ਦੇ ਚਿਹਰੇ ਤੇ ਹੈਰਾਨ ਹੋ ਕੇ ਪੁੱਛਦੇ ਨੇ ਖੈਰ ਹੋਵੇ ਅੱਜ ਬਾਬੇ ਅਲੀ ਦੇ ਚਿਹਰੇ ਤੇ ਜਲਾਲ ਏ ਇਸ਼ਾਰਾ ਕਰਕੇ ਆਦੀ ਹੈ ਜਲਦੀ ਨਾਲ ਮੇਰੇ ਨਾਲ ਸਹਿਨ ਵਿੱਚ ਆ ਸਹਿਨ ਵਿੱਚ ਆ ਕੇ ਅਬਾਸ ਦੇ ਪਾਸੇ ਇਸ਼ਾਰਾ ਕਰਕੇ ਆਦੀ ਹੈ ਹੁਸੈਨ ਅਬਾਸ ਨੂੰ ਮੁਤਰਾਈ ਮਾਂ ਦਾ ਸਮਝ ਆਈ ਵੇਖ ਤਾਂ ਸਹੀ ਮੇਰੇ ਵਿਰਾ ਦੇ ਪੈਰਾਂ ਤੇ ਵਰਮ ਆ ਗਏ ਇਮਾਮ ਜਲਦੀ ਨਾਲ ਅੱਗੇ ਵੱਧ ਕੇ ਵਿਰਾ ਨੂੰ ਗੱਲ ਦੇ ਨਾਲ ਲਾਇਆ ਰੋ ਕੇ ਪੁੱਛਦਾ ਉਹ ਕਿਹੜੇ ਵੇਲੇ ਦਾ ਖੜਾ ਹੈ ਅਬਾਸ ਦੀ ਆਵਾਜ਼ ਆਉਂਦੀ ਹੈ ਨਮਾਜ਼ੇ ਮਗਰ ਬੈਨ ਦੇ ਬਾਅਦ ਤੁਸਾਂ ਹੁਕਮ ਦਿੱਤਾ ਉਸ ਵੇਲੇ ਵਿਰਾ ਦੀ ਦਾੜੀ ਚੁੰਮ ਕੇ ਯਾਦ ਆਇਓ ਭੈਣ ਨਾਰਾਜ਼ ਚ ਕੀਤੀ ਹੋ ਮੈਂ ਤਾਂ ਰਵਾਜਨ ਆਖਿਆ ਜੋ ਹੁਜਰੇ ਵਿੱਚ ਇਕੱਲਾ ਵਹਿਣਾ ਹੋਣਾ ਤੇਰੀ ਵਫਾ ਤੋਂ ਮੈਂ ਕਾਇਨਾਤ ਕੁਰਬਾਨ ਕਰ ਦੇਵਾਂ ਬਸ ਮੇਰੇ ਕੋਲ ਵਕਤ ਥੋੜ੍ਹਾ ਹੈ ਦੋ ਦੀਆਂ ਦੋ ਗੱਲਾਂ ਹੋਰ ਸੁਣ ਲਵੋ ਮੈਂ ਜਨਾਬ ਨੂੰ ਸਲਾਮ ਕਰ ਜਾਵਾਂ ਸਫੀਨ ਦਾ ਮੈਦਾਨ ਮਖਦੂਮ ਸਾਹਿਬ 11 ਸਾਲਾਂ ਦਾ ਮੁਰਸ਼ਦ ਅਬਾਸ 11 ਸਾਲਾਂ ਦਾ ਅਬਾਸ ਪੜ੍ਹੋ ਤਾਰੀਖ ਬੁਖਾਰੀ ਸਾਹਿਬ 11 ਸਾਲ ਦੇ ਅਬਾਸ ਨੂੰ ਬਾਬੇ ਅਲੀ ਦੀ ਜ਼ਰਾ ਐਨ ਫਿੱਟ ਆਈ ਜਿਵੇਂ ਅਬਾਸ ਜੰਗ ਲੜੀ ਅੱਜ ਤੱਕ ਕਾਫਰਾਂ ਦੇ ਦਿਲੋ ਦਿਮਾਗ ਤੇ ਨਕਸ਼ੇ ਮੁੱਕ ਗਈ ਮੇਰੀ ਨੌਕਰੀ ਹੋ ਗਿਆ ਮੇਰਾ ਸਲਾਮ ਮੁਲਤਾਨ ਦੇ ਗਯੂਰ ਅਦਾਦਾਰੋ ਕਰਬਲਾ ਦੇ ਮੈਦਾਨ ਵਿੱਚ ਲੱਖਾਂ ਦੀ ਤਾਦਾਦ ਵਿੱਚ ਫੌਜ ਇਕੱਠੀ ਕਰਨ ਦਾ ਮਕਸਦ ਇਹ ਆ ਇਹ ਕਮੀਨੇ ਇੱਕ ਦੂਜੇ ਦੇ ਪਾਸ ਡੇਕ ਕੇ ਆਦੇ ਹਨ ਜਿਹੜਾ ਅਬਾਸ ਸਫੀਨ ਵਿੱਚ 11 ਸਾਲਾਂ ਦਾ ਹੈ ਅੱਜ ਉਹ ਅਬਾਸ 32 ਸਾਲਾਂ ਦਾ ਹੈ ਵਾਹ 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 ਹੋ 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 ਇੱਕ ਤੋਂ ਬੜੇ ਮਕਬੂਲ ਬੈਨ ਇਨ ਹਾਲਾਂਕਿ ਮੈਂ ਸਿਲਸਿਲਾ ਤੋੜ ਕੇ ਮੇਰਾ ਜ਼ਿਹਨ ਉਸ ਪਾਸੇ ਚਲਾ ਗਿਆ ਜੋ ਮੈਂ ਵਹਿਨ ਪੜ ਦੇਵਾਂ ਇਹ ਤੁਹਾਡੇ ਸਾਹਮਣੇ ਮੇਰੇ ਮੌਲਾ ਦਾ ਆਲਮ ਹੈ
चाचा ये हर बंदे दे सामने मेरे मौला गादी दा आलम है, तुहाडे घरां ते लगा होया है, तुहाडे इबादत खानियां ते लगा होया है, ये नक्शा देन विच हैण है, खुला होया हाथ काला फरेरा कै कै वेले असी आलम दे नाल इक सुकी होई मशक चा बने ने आ। ये नक्शा बनावन की वजह क्या है? अब्बास अपने होलिए तो क्या दाहर करेंदा है? एक काला फरेरा दसदा है केड़ी गल, ज़ैनब दा बख्त उदास इंदी सुकी होई मश्क तो जाहिर थींदा है ते शब्बीर दे पुत्र दी प्यास खुले हाय हाथ तो हाय वो नजर आंदा है इको गैरत दा एहसास बदा लभदा है चादर बीबी ज़ैनब दी विच दुनिया दे अब्बास बिस्मिल्ला बिस्मिल्ला बड़ा सोहना इस्तकबाल मसाहिब दा, कोशिश करो मैं भी कोशिश करें जो अज बीबी ज़हरा दी दुआ नू रो लवी बड़ा मकबूल वैन है हर महीने सिच मैं पढ़ता कुरान दी कसम रखो मेरे सिर ते कुरान हकीकत ये जड़ा 9 लाख इन्ना इकट्ठा किया है मेरे सिर ते कुरान रखो ना ही 9 लाख फौज तो लहंदा गादी सदका 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 होया क्या इको चुप शब्बीर दी आ गई इंदी मौत अली दिया धिया दे एक पल बिच मां नमुका बस वेले मुल पा गई जड़ा सैन रुकिया तो पहले इंदी लाश ते ज़ैनब आ गई मादाम हाथ मार के आखो हाय अलमा वाला हाथ मार के आखो हाय बीबी ज़ैनब दा मान जी कुर्बान होवा ओए होए कद वैन की गुंजाइश चढ़िया डावी दाड़ी कदम से हथ रख्या नौकर मौत की इजाजत दो सैयदा दयाबाद हर कोई मंगे तेरे वास्ते मेरे को मौत की इजाजत कोई नहीं जड़ा कासम की लाश के टुकड़े आ गए ना खैमिया दोवे हथा मूँह से मातम करें आ के मौला के कदमा से छन पे आई हाथ बन के आद हूं तो इजाजत चाहते गुबरा दे वैन नहीं पे बर्दाश्त होते मौला मेरे को मां कासम दी पे पूछ दिए जब कासम न मारे आजा ताइयो मलाउन दिंदा है मौला हूं तो इजाजत दे मस्तूर दे वैन नहीं पे बर्दाश्त होंगे विरा जमीन तो चायास गल न लायास मथा चुम के सैयद आद वल वल मौत की इजाजत मांगना है गादी इंसाफ कर तू मेरी फौज का जरनैल है जरनैल मरमंजन ते जंगा मुख बैंदियां ओ शिया सुनिया 2 कदम अली दा अली पुत्र पिछे हटिया है हाथ बन के आद मैनू जो बार बार ये गल आके टालना एक तू फौज दा जरनैल है फौज तो मैनू भी खा जाता मैं जरनैल हाँ मौला उमता ना अकबर है ना कासम रहा है ना ओना मुहम्मद रहे ना मौला फौज किन गई है जैंदा मैं जरनैल हाँ जमीन ते झड़ पे हाथ बन के आद जरूर इजाजत दो लफ्ज़ जरूर आया तुहाड़े मौला दी अखी नहीं सावन दे बदले जमीन ते टक्कर मार के आदा नौकर दे जींदियां ता ना रोवो सैयदा दा अब्बास अपनी गुरबत ते रुना आज हुसैन एडा गरीब हो गया तू भी लफ्ज़ जरूर पे इस्तेमाल करता है जमीन ते टक्कर मार के आदा मौला ये गल ना करो गरीब ता मैं हाँ
ਜਿਹੜੇ ਸ਼ਹੀਦ ਤੁਹਾਡੇ ਕੋਲੋਂ ਇਜਾਜ਼ਤ ਮੰਗੀ ਅਗਰ ਤੁਸਾਂ ਨਹੀਂ ਦਿੱਤੀ, ਖੈਮੇ ਵਿੱਚੋਂ ਕੋਈ ਸਿਫਾਰਿਸ਼ ਢੁੱਲ ਕੇ ਨਾਲ ਲੱਗੀ ਆਈਏ। ਮੌਲਾ ਮੈਂ ਏਡਾ ਗਰੀਬ ਆ, ਪਿਓ ਮੇਰਾ ਨਜਫ ਸੁੱਤਾ ਪਿਆ ਏ, ਮਾਂ ਮੇਰੀ ਮਦੀਨੇ ਰਹਿ ਗਈ ਏ, ਮੇਰੀ ਸਿਫਾਰਿਸ਼ ਕਰਨ ਵਾਲਾ ਕੋਈ ਨਹੀਂ ਰਿਹਾ। ਉਹ ਗਾਦੀ ਦੇ ਮੁਰੀਦੋ, ਅਜਾ ਗਾਦੀ ਦੇ ਲਫ਼ਜ਼ ਖਤਮ ਨਹੀਂ ਹੋਏ ਜਾਂ ਸੱਯਦ ਦੀ ਆਵਾਜ਼ ਆਉਂਦੀ, ਅੱਬਾਸ ਆਪਣੀ ਕੰਡ ਪਿੱਛੇ ਵੇਖ ਤੇਰੀ ਸਿਫਾਰਿਸ਼ ਆਈ ਖਲੀ ਆ। ਆਹ ਮਾਤਮੀ ਹੋ ਗਾਦੀ ਮੁੜ ਕੇ ਡਿੱਠਾ, ਕਿਆ ਨਜ਼ਰ ਆਇਆ ਮੇਰੀ 4 ਸਾਲ ਦੀ ਸੈਣ ਸਕੀਨਾ, ਇੱਕ ਹੱਥ ਵੀ ਸੁੱਕੀ ਹੋਈ ਮਸ਼ਕੇ, ਇੱਕ ਹੱਥ ਵੀ ਚਾਚੇ ਦਾ ਆਲਮ ਏ, ਦੌੜਦੀ ਆਉਂਦੀ ਏ ਤੇ ਰੋ ਰੋ ਕੇ ਪਜਾਦੀ ਏ, ਬਾਬਾ ਮੇਰੇ ਚਾਚੇ ਨੂੰ ਇਜਾਜ਼ਤ ਦੇ, ਓ ਬਾਬਾ ਮੇਰਾ 6 ਮਹੀਨਿਆਂ ਦਾ ਵੀਰ ਪਿਆਸ ਨਾਲ ਮਰਦਾ ਪਿਆ। ਮਰਹਬਾ 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 ਮਰਹਬ ਸੱਯਦ ਦੀ ਆਵਾਜ਼ ਆਉਂਦੀ ਏ, ਸਕੀਨਾ ਸਕੀਨਾ ਵੀਰ ਬਾਹੂ ਪਿਆ ਰਹੀ, ਰੋ ਕੇ ਆਦੀ ਏ ਬਾਬਾ ਕੋ ਪੁੱਛਣ ਵਾਲੀ ਗੱਲ ਏ। ਸੱਯਦ ਦਾਦਾ ਚੁੱਪ ਕਰਕੇ ਖੈਮਿਆਂ 'ਚ ਟੁਰ ਜਾ ਤੇ ਜਾ ਕੇ ਸੋਚ, ਵੀਰ ਹਰ ਕਹਿ ਨੂੰ ਇੰਜੇ ਪਿਆਰੇ ਹੁੰਦੇ ਨੇ ਜਿਵੇਂ ਤੈਨੂੰ ਅਸਗਰ ਪਿਆਰਾ ਹੈ। ਇਨਸਾਫ ਤਾਂ ਕਰ, ਤੇਰਾ 6 ਮਹੀਨਿਆਂ ਦਾ ਏ, ਮੇਰਾ 32 ਸਾਲਾਂ ਦਾ। ਜੋ ਰੋ ਕੇ ਆਦੀ ਏ, ਨਹੀਂ ਬਾਬਾ ਖੈਮਿਆਂ ਵਿੱਚ ਵਾਅਦਾ ਕਰ ਆਈਆਂ, ਚਾਚੇ ਤੋਂ ਪਾਣੀ ਮੰਗਵਾ ਕੇ ਦੇਸਾਂ, ਦੇ ਦੀਆਂ ਗੱਲਾਂ ਮਜਬੂਰ ਕੀਤਾ ਏ, ਆਖਰ ਹਾਰ ਗਿਆ ਏ। ਠੱਡੀ ਆ ਭਰ ਕੇ ਆਦਾ ਅੱਬਾਸ ਵੰਜ, ਜਿਵੇਂ ਮੇਰੀ ਕਿਸਮਤ, ਜਿਵੇਂ ਮੇਰੀਆਂ ਭੈਣਾਂ ਦੀ ਕਿਸਮਤ। ਕੋਈ ਏਡੀ ਉਬਾਲ ਆਈ, ਮੌਲਾ ਦੇ ਮੂੰਹ ਵਿੱਚੋਂ ਲਫ਼ਜ਼ੇ ਜਾ ਸੁਣ ਕੇ ਕਦਮਾਂ ਤੇ ਹੱਥ ਰੱਖ ਕੇ ਆਦਾ, ਮੌਲਾ ਹੁਣ ਇਜਾਜ਼ਤ ਦਿਓ ਮੈਂ ਘੋੜੇ ਤੇ ਚੜਾ। ਸੱਯਦ ਆਦਾ ਜਲਦੀ ਨਾ ਕਰੋ ਮੇਰਾ ਵਫਾਦਾਰ ਵੀਰਾ, ਪਹਿਲੇ ਖੈਮਿਆਂ ਵਿੱਚ ਤਾਂ ਭੈਣਾਂ ਨਾਲ ਵਿਦਾ ਕਰ ਰਿਹਾ। ਸਕੀਨਾ ਨੂੰ ਉਂਗਲ ਦੇ ਨਾਲ ਲਾ ਕੇ ਬਾਬਾ ਜੀ ਟੁਰ ਪਿਆ ਏ, ਕੁਰਾਨ ਦੀ ਕਸਮੇ ਖੈਮੇ ਦੇ ਦਰਵਾਜ਼ੇ ਤੇ ਆ ਕੇ ਦੋਵੇਂ ਹੱਥ ਮੱਥੇ ਤੇ ਰੱਖ ਕੇ ਆਦਾ, ਅਲੀ ਦੀਆਂ ਧੀਆਂ, ਅਲੀ ਦੀਆਂ ਨੂੰਆਂ, ਤੁਹਾਡੇ ਨੌਕਰ ਦੀ ਜ਼ਿੰਦਗੀ ਦਾ ਆਖਰੀ ਸਲਾਮ, ਕਿਵੇਂ ਬਰਦਾਸ਼ਤ ਕਰੋਗੇ? ਸਹਿਣ ਲੈਣ 7 ਵਾਰ ਮਿੱਟੀ ਤੇ ਛੜੀਏ, 7 ਵਾਰ ਉੱਠੀਏ, ਸਿਰ ਤੇ ਮਾਤਮ ਕਰਕੇ ਖੈਮੇ ਦੇ ਦਰ ਤੋਂ ਡੇਕ ਕੇ ਆਦੀ, ਐਵੇਂ ਮੇਰਾ ਸੋਹਣਾ ਗਾਦੀ ਤੂੰ ਵੀ ਟੁਰ ਪਿਆ ਏ। ਅਲਮਾ ਲਿਆ ਮੈਂ ਤਾਂ ਚੋਂਟ ਮਜ਼ਦੂਰਾਂ ਨੂੰ ਤਸੱਲੀ ਪਈ ਦੇਣੀ ਆ, ਅੱਜ ਆਪਣੇ ਪਰਦਿਆਂ ਦੀ ਫਿਕਰ ਨਾ ਕਰਿਆ ਏ, ਮੇਰਾ ਗਾਦੀ ਵਿਰਾ ਜੋ ਦਿੰਦਾ ਏ। ਹੱਥ ਬਣ ਕੇ ਆਦਾ ਮੁਰਸ਼ਦ ਆਦੀ ਹੁਣ ਨਿਭਦੀ ਨਹੀਂ, ਬੀਬੀ ਦੀ ਆਵਾਜ਼ ਆਉਂਦੀ ਇੱਕ ਵਾਰ ਅੰਦਰ ਆ। ਅੱਬਾਸ ਅੰਦਰ ਆਏ, ਵਿਰਾ ਦੀ ਦਾੜੀ ਚੁੰਮ ਕੇ ਹਾਣ ਲਾ ਕੇ ਆਦੀ, ਹੈਵੇਂ ਟੁਰ ਪਿਆ ਏ। ਅੱਛਾ ਹੁਸੈਨ ਹੋ ਗਿਆ ਉਸੀ ਮਜਬੂਰ, ਦੀ ਦੀਆਂ ਗੱਲਾਂ ਮਜਬੂਰ ਕਰ ਦਿੱਤਾ ਉਸੀ। ਅੱਛਾ ਜੇ ਟੁਰ ਪਿਆ ਹੈ ਤਾਂ ਮੇਰੀ ਵੀ ਸ਼ਾਮ ਦੇ ਦਰਬਾਰਾਂ ਬਾਜ਼ਾਰਾਂ ਚੋਖੇ ਸੋਖੇ ਨਿਭੀ ਵੈਸੀ, ਮਗਰ ਟੁਰ ਜੂ ਪਿਆ, ਟੁਰਦੇ ਹੋਇਆ ਮੇਰੇ ਦਿਲ ਦੀ ਇੱਕ ਹਸਰਤ ਤਾਂ ਪੂਰੀ ਕੀਤੀ ਜਾ। ਅੱਬਾਸ ਦੀ ਆਵਾਜ਼ ਆਉਂਦੀ ਹੈ ਮੁਰਸ਼ਦਾ ਦੀ ਹੁਕਮ, ਰੋ ਕੇ ਆਦੀ ਆਪਣਾ ਘੋੜਾ ਖੈਮੇ ਦੇ ਅੰਦਰ ਮੰਗਵਾ। ਅੱਬਾਸ ਦੀ ਆਵਾਜ਼ ਆਉਂਦੀ ਹੈ, ਕਿਉਂ ਮੁਰਸ਼ਦ ਆਦੀ ਘੋੜਾ ਕਿਉਂ ਮੰਗਵਾਵਾਂ? ਵਿਰਾ ਦੀ ਦਾੜੀ ਚੁੰਮ ਕੇ ਰੋ ਕੇ ਆਦੀ ਏ, ਮੈਨੂੰ ਹੁਸੈਨ ਵੀਰ ਦੱਸਿਆ ਏ, ਜਿਹੜੇ ਵੇਲੇ ਗਾਦੀ ਤਿਆਰ ਹੋ ਕੇ ਘੋੜੇ ਤੇ ਸਵਾਰ ਹੁੰਦਾ ਏ, ਬਿਲਕੁਲ ਬਾਬਾ ਅਲੀ ਮਾਲੂਮ ਹੁੰਦਾ। ਅੱਬਾਸ ਤੂੰ ਤਾਂ ਮੈਨੂੰ ਜਾਣਦਾ ਏ, ਮੈਂ ਆਪਣੀ ਜ਼ਿੰਦਗੀ 'ਚ ਬਾਬੇ ਨੂੰ ਬਾਹਰ ਜਾ ਕੇ ਘੋੜੇ ਤੇ ਸਵਾਰ ਹੁੰਦਿਆਂ ਨਹੀਂ ਦਿੱਤਾ। ਗਾਦੀ ਮੇਰਾ ਦਿਲ ਲਿਆ, ਜਾ ਆਖਰੀ ਵਾਰ ਮੈਨੂੰ ਮੇਰੇ ਪਿਓ ਦੀ ਜ਼ਿਆਰਤ ਕਰਵਾ ਦੇ। ਅੱਬਾਸ ਨੇ ਆਪਣਾ ਘੋੜਾ ਖਿਆਮ ਦੇ ਅੰਦਰ ਮੰਗਵਾਇਆ, ਬੀਬੀ ਦੀ ਆਵਾਜ਼ ਆਉਂਦੀ ਹੈ ਸਵਾਰ ਹੋ, ਅੱਬਾਸ ਸਵਾਰ ਹੋਇਆ। ਬੀਬੀ ਦੀ ਆਵਾਜ਼ ਆਉਂਦੀ ਹੈ ਖਿਆਮ ਦੇ ਬਾਹਰੋਂ ਕਨਾਤ ਦੇ ਅੰਦਰੋਂ, ਜ਼ਰਾ ਮੈਨੂੰ ਘੋੜੇ ਦੇ ਚੱਕਰ ਲਾ ਕੇ ਵਿਖਾ। ਮਾਤਮੀ ਕਿਹੜਾ ਹੈ ਜਿਹੜਾ ਅੱਬਾਸ ਦੇ ਜ਼ਿਕਰ ਤੇ ਜਾਂਦਾ ਹੱਥ ਸੀਨੇ ਤੇ ਨਹੀਂ ਆ ਸਕਦਾ? ਪਹਿਲਾ ਚੱਕਰ ਲਾਇਆ ਅੱਬਾਸ ਨੇ, ਦੂਸਰਾ ਚੱਕਰ ਲਾਇਆ ਅੱਬਾਸ ਨੇ, ਉਹ ਮੁਲਤਾਨ ਵਾਲਿਓ ਰੱਖੋ ਮੇਰੇ ਸਿਰ ਤੇ ਕੁਰਾਨ, ਅਜਾ ਗਾਦੀ ਦਾ ਤੀਸਰਾ ਚੱਕਰ ਮੁਕੰਮਲ ਨਹੀਂ ਹੋਇਆ ਜਾਂ ਅੱਬਾਸ ਦੇ ਕਦਮਾਂ ਤੇ 2 ਮਹਿੰਦੀ ਵਾਲੇ ਹੱਥ ਆਏ ਨਾ। ਤੜਪ ਕੇ ਆਦਾ ਕੌਣ ਏ ਹੱਥ ਲਾਉਣ ਵਾਲੀ? ਆਵਾਜ਼ ਆਉਂਦਾ ਚਾਚਾ ਲਹਿਆ, ਤੇਰੀ ਉਜੜੀ ਧੀ ਕੁਮਰਾ, ਘੋੜੇ ਦੀ ਦੀਨ ਤੇ ਤੜਪ ਕੇ ਆਦਾ, ਉਹ ਸਰਦਾਰ ਦੀ ਧੀ ਹੋ ਕੇ ਨੌਕਰ ਦੇ ਕਦਮਾਂ ਤੇ ਹੱਥ ਕਿਉਂ ਪਿਲਾਨੀ ਏ? ਬੀਬੀ ਮੂੰਹ ਤੇ ਮਾਤਮ ਕਰਕੇ ਆਦੀ ਏ, ਚਾਚਾ 2 ਕੰਮਾਂ ਵਿੱਚੋਂ ਹੀ ਕੰਮ ਕਰ, ਜਾਂ ਘੋੜੇ ਤੋਂ ਲਹਿਆ ਜਾਂ ਮਰਨ ਵਾਸਤੇ ਮੈਦਾਨ ਟੁਰ ਜਾ। ਅੱਬਾਸ ਹੈਰਾਨ ਹੋ ਕੇ ਪੁੱਛਦਾ ਵਜ੍ਹਾ ਕਿਆ ਏ? ਮੂੰਹ ਤੇ ਮਾਤਮ ਕਰਕੇ ਆਦੀ ਏ, ਤੇਰੇ ਘੋੜੇ ਪਹਿਲਾ ਚੱਕਰ ਲਾਇਆ, ਮੇਰੇ ਪਿਓ ਦੀ ਪੱਗ ਖੁੱਲ ਕੇ ਗੱਲ 'ਚ ਆ ਗਏ। ਚਾਚਾ ਤੇਰੇ ਘੋੜੇ ਦੂਸਰਾ ਚੱਕਰ ਲਾਇਆ, ਮੇਰੇ ਬਾਬੇ ਦੀ ਕਮਰ ਨੇ ਲਚਕਾਰਾ ਗਾਦਾ। ਮਾਤਮ ਮਾਤਮ ਹੱਥ ਮਾਰ ਕੇ ਆਖੋ ਹਾਏ ਦੈਣਬ ਦਾ ਮਾਨ, ਸਦਕੇ
चाचा तेरे घोड़े तीसरा चक्कर लाया वेख तो सही मेरा बाबा कढ़ाई पासे पे छड़दा है कढ़ाई पासे पे छड़दा है नजब दे पासे मुंह करके बार बार हकला में रहिंदा है आ वेख अब्बास तुरिया वेंदा है हुण पक हो गया मेरी बहना का बुरका नहीं बचता सौखी है शहादत अब्बास की टुरदे रहे ने खैमिया विचो जवान दो हस्तियां ऐसिया जिन्हें तुरंत मालूम होंदा ही तैयारी नहीं बीबियां किसे जनादे नूं पईयां टुरेंदियां अगर सजा जी बीबी मातम कबूल करने उन्हें मातम दा सदका मौला झोली च पुत्र देवने अब्बास ते अकबर दो ऐसिया हस्तियां जिन्हा दे तुरंत सैयदादियां ने पत्थरां दे नाल मातम कीता है बीबियां मातम पईयां करेंदियां जड़ा गादी महसूस कीता है होर इक लम्हा खड़ा कोई ना कोई मस्तूर मर दी है मुक्के मेरी नौकरी घोड़ा लै आए बाहर टुर पे मैदान दे पासे मुका दिता टुर दे चाचे दी कंड वेख के खुद एतमादी नाल निके निके बालां दे हत्थां विच खुशक जाम न पा के आदि ओ वेखो मेरा चाचा पानी लैण पिया जांदा है मैं साबर दी धी हां मैं वादा भी करे नहीं हां चाचा पानी खिन के आसी मैं असगर नूं बाद विच देसां पहले तुसा सारिआं नूं पानी देसां धी दे मूँह विचों इह गल सुन के सैयद चलदा चलदा धी दे सर ते आए धी दे सर ते हथ रख के आदा सकीना सकीना भूलदी पई है तेरे चाचे जींदियां कोई नहीं उबलना रोण वालो इमाम बाबे दे मुंह विच फिकरा सुन के बच्ची दे हाथ विचो खुशक जाम ढह पिया इवें चाचे दे घोड़े दे पिछे उड़ दौड़ दी आंदी है छोटी जी चादर सर ते उड़ दी आंदी है निकिया निकिया पाई वदा के कंड दे पासे टेक के बीबी आती है वल आ चाचा वल आ चाचा ना तोड़ साड़ी आसे मैं समझ गया तड़ी मौत दबायस असत से आंदा चादर भी संभल रो रो के वैन करके पिया दी साकू लोड़ नहीं पानी दी साड़ी हो गई खत्म तेरे नाम तो असगर बार दीवाना दरिया दे कबूल करने सैन पुरसा कबूल करने दरिया का किनारा खाली कराए मश्क पानी दे नाल भरिए घोड़े ते चढ़िया है चार साल दे फजल दी ड्यूटी लाई है इमाम ने जिवें जिवें बाबा जंग करता रवे उच्चे टिपे ते चढ़ जा मैनू दसदा रवे मशक जाके पानी दी घोड़े ते सवार हो जाए मलौना दी आवाज आंदी है जेड़े तसई तना पे लड़दे ना इन्हां दे खैमियां दे विच पानी ना जावण देना हिक मलौन दे इशारे ते शाम ते कूफे दीआं फौजां दे बदल जुड़े ने अली दे अली पुत्तर ते हिक कमीने वार कीता गादी दा सज्जा बादू कलम होए फजल दी आवाज आंदी है मौला मेरे बाबे दा सज्जा बादू कलम होया है कमीने वार कीता गादी दा खब्बा बादू कलम होया है फजल दी आवाज आंदी है मौला मेरे बाबे दा खब्बा बादू कलम होया है अब्बास ने मशक मुंह दे नाल नपीए इक कमीने ने दूरो तीर दा निशाना बताए तीर आके मशक विच लगाए उस वेले घोड़े नूं आदा है उत्था वज के लहा जिथो मौला छड़दा ना वेखे फजल दी आवाज आंदी है मेरा बाबा घोड़े नूं हुक्म पिया देंदा है उत्था वज के लहा जिथों मौला छड़दा ना वेखे पुत्तर दी गल सुन के मकतल दे पासे दौड़िया है दौड़िया जूए जम्मू दे भार जमीन ते छड़िया है मकतल दे पासे बाह वधा के सैयदा ते ना दूर लवे मैं टुर नहीं सकदा मैकू मौत अकबर दी खा लहना सुन के घोड़े तो मैं दाढ़ी रंग
आखो हाय अब्बास, हाथ मार के आखो बीबी जैनब दा बुरका, हाथ मार के आखो हाय वाल।